कन्नी सुनिए गुरां दी बाणी वे बाणी अमृत गुरबाणी कह सेवक जन मन पर पाख गुरु निसतारे गुरु प्यारी गुरु सवारी साध संगत जीओ वाहिगुरु जी का खालसा वाहिगुरु जी की फतेह। मार्ग संतां दा धर्म दी पौड़ी धर्म दी मार्ग संतां दा धर्म दी पौड़ी धर्म दी पौड़ी संतां दा धर्म दी पौड़ी धर्म दी मार्ग संतां दा धर्म दी पौड़ी धर्म दी पौड़ी धर्म की पौड़ी धर्म की पौड़ी धर्म की पौड़ी मार्ग संतां दा धर्म दी पौड़ी धर्म दी मार्ग संतां दा धर्म दी पौड़ी धर्म दी पौड़ी मार्ग धर्म की पौड़ी कोवड़ पागी कोट जन्म के खिल वेखना से हर चरनी चितला कोई पूर्व ला कर्म जाग्या मेरा संग हो गया साधुआं कोई पूर्व कर्म जाग्या मेरा संग होया साधुआं
ਮੰਗ ਹੋ ਗਿਆ ਪੂਰਿਆ ਕੋਈ ਪੁਰਬ ਕਰਮ ਜਾਗਿਆ ਮੇਰਾ ਸੰਗ ਹੋ ਗਿਆ ਸਾਧੂਆਂ ਮਿਟਿਓ ਅੰਧੇਰ ਮਿਲ ਤਾਰ ਨਾਨਕ ਜਨਮ ਜਨਮ ਕੀ ਸੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ ਵਿੱਚ ਜੁੜ ਬੈਠੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਭ ਨੂੰ ਪਤਾ ਹੀ ਹੈ ਜੋ ਕਿ ਨਗਰ ਰੋਸੀਆਣਾ ਅਤੇ ਇਲਾਕਾ ਨਿਵਾਸੀਆਂ ਨੂੰ ਧੰਨ ਧੰਨ ਬਾਬਾ ਪੂਰਨਦਾਸ ਮਹਾਰਾਜ ਜੀ ਧੰਨ ਧੰਨ ਬਾਬਾ ਬਲਵੰਤ ਸਿੰਘ ਮਹਾਰਾਜ ਜੀ ਰੋੜੇਵਾਲ ਸਾਹਿਬ ਫਕੀਰੋਂ ਕੇ ਬਖਸ਼ਿਸ਼ੇ ਧਰਤੀ ਤੋਂ ਮੌਜੂਦਾ ਗੱਦੀ ਨਸੀਨ ਸੰਤ ਗੁਰਚਰਨ ਦਾਸ ਜੀ ਉਹਨਾਂ ਵੱਲੋਂ ਤਿੰਨ ਦੀਵਾਨਾਂ ਦੀ ਬਖਸ਼ਿਸ਼ ਕੀਤੀ ਗਈ ਸੀ ਸੋ ਅੱਜ ਦੂਸਰਾ ਦੀਵਾਨ ਹੈ ਸੰਤ ਮਹਾਰਾਜ ਸੰਤ ਗੁਰਚਰਨ ਦਾਸ ਜੀ ਪਹੁੰਚ ਚੁੱਕੇ ਨੇ ਸਾਰੇ ਹੀ ਨਗਰ ਨਿਵਾਸੀਆਂ ਵੱਲੋਂ ਇਲਾਕਾ ਨਿਵਾਸੀਆਂ ਵੱਲੋਂ ਬਹੁਤ ਕੋਟਨ ਕੋਟਨ ਧੰਨਵਾਦ ਗੁਰੂ ਮਹਾਰਾਜ ਦੇ ਚਰਨਾਂ 'ਚ ਬੇਨਤੀ ਹੈ ਕਿ ਆਪਣੇ ਮੁੱਖੋਂ ਇਲਾਹੀ ਕਥਾ ਕੀਰਤਨ ਸੁਣਾ ਕੇ ਸੰਗਤਾਂ ਨੂੰ ਨਿਹਾਲ ਕਰੋ ਜੀ ਗੁਰੂ ਮਹਾਰਾਜ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ
सदकृता तुद अगे अरदास हमारी जियो पिंड सब तेरा कौ नानक सब तेरी बड़ियाई कोई ना ना जाने मेरा तुमरी शरण तुम्हारी आसा तुम ही सजन सुहेले राखो राखन हार दयाला नानक घर के गोले तुम दाते ढाकर प्रतपालक नायक खसम हमारे नायक खसम हमारे निमख निमख तुम ही प्रतपालो हम बारक तुमरे तारे जे बाएक कवन गुण कही है जे बाएक कवन गुण कही है बेशुमार बेअंत स्वामी तेरा अंत न ही लई है पुरखां दियां वडियाइयां सिद्धां पुरखां कियां वडियाइयां पुरखां दियां वडियाइयां सिद्धां पुरखां दियां वडियाइयां
उपमा महान सच्ची पातशाह तेरी उपमा महान सच्ची पातशाह देखो भाई।
गुर विच देखो भाई, गुरां विच देखो भाई, सतगुर विच देखो भाई, सतगुर विच देखो भाई। ਵੱਡੇਕੀਆਂ ਵਡਿਆਈਆਂ ਕੁਛ ਕਹਿਣਾ ਕਹਿਣ ਨਾ ਜਾਏ, ਫਿਰ ਉਪਮਾ ਉਸਤਤ ਸੋਭਾ ਜਸ ਵਡਿਆਈ ਚੌਂਕੁੰਠਾਂ ਦੇ ਵਿੱਚ, ਫਿਰ ਚਾਬਰਾਂ ਤਖਤਾਂ ਦਾ ਛਾਤਰ ਚੁਰਦਾ ਹੈ ਜਿਸ 'ਤੇ ਸਹਿਬ ਹੱਥ ਵਡਿਆਈਆਂ, ਜਿਸ ਭਾਵ ਹੈ ਤਿਸ ਦੇ ਉਸ ਮਾਲਕ ਦੇ ਹੱਥ ਵਡਿਆਈ, ਗੁਰੂ ਨਾਨਕ ਪਾਤਸ਼ਾਹ ਦੇ ਹੱਥ ਵਿੱਚ ਵਡਿਆਈ। ਵਾਹਿਗੁਰੂ ਗੁਰੂ ਨਾਨਕ ਸਾਹਿਬ ਆਪ ਨਾਰਾਇਣ ਕਲਾਧਾਰ ਜਗ ਮੈਂ ਪਰਵਰਿਓ, ਸੰਸਾਰ ਤੇ ਮਾਲਕ ਰੱਬ ਵਾਹਿਗੁਰੂ ਕਹਿ ਲਈਏ ਆਪ ਆਇਆ ਹੋਵੇ, ਜਿਸ ਦੀ ਅੱਜ ਆਪੋ ਆਪਣੇ ਮੁਖਾਰ ਬਿੰਦ ਤੋਂ ਉਸਤ ਕਰਦੇ ਹਾਂ, ਸੋਭਾ ਕਰਦੇ ਹਾਂ, ਜਸ ਵਡਿਆਈ ਮਹਿਮਾ ਸੰਸਾਰ ਦੇ ਵਿੱਚ ਇਸ ਮਾਤ ਲੋਕ ਦੇ ਵਿੱਚ ਜੀਵ ਆਏ ਹੈ। ਕਬੀਰ ਮੇਰਾ ਮੈਂ ਕੁਛ ਨਹੀਂ, ਜੋ ਕੁਛ ਹੈ ਸੋ ਤੇਰਾ, ਭਗਵਾਨ ਨੂੰ ਕਹਿ ਰਹੇ ਨੇ ਭਾਵੇਂ ਰੱਬ ਵਰਗੇ ਆਏ ਹੋਣ, ਜਿਨ੍ਹਾਂ ਦੇ ਸਲੋਕ ਬਾਣੀ ਦੇ ਐਸੇ ਬਾਣ ਸਵਖਤ ਹੀ ਸੁਬਾਹ, ਜਿਸ ਵਕਤ ਗਿਆਨੀ ਜੀ ਕੋਈ ਪਾਠੀ ਪੜ੍ਹਦਾ ਪਾਠ ਕਰਦਾ, ਉਸ ਵਕਤ ਭਗਤ ਕਬੀਰ ਜੀਆਂ ਦੇ, ਬਾਬਾ ਫਰੀਦ ਜੀਆਂ ਦੇ, ਜਿਨ੍ਹਾਂ ਨੇ ਬੰਦਗੀ ਮੰਗੀ, ਭਗਤੀ ਮੰਗੀ, ਨਾਮ ਮੰਗਿਆ, ਨਾਮ ਤੁਲ ਅਵਰ ਕੁਛ ਨਾਹੀਂ, ਨਾਮ ਦੇ ਤੁਲ ਸਮ ਬਰਾਬਰ ਹੋਰ ਕੋਈ ਐਸੀ ਵਸਤੂ ਨਹੀਂ, ਵੱਖਰ ਨਹੀਂ ਹੈ। ਜਿਹੜੀ ਬਰਾਬਰ ਜੀ ਦੀ ਤੁਲਨਾ ਹੋ ਜਾਵੇ, ਉਹਦੀ ਤੁਲਨਾ ਬਰਾਬਰ ਨਹੀਂ ਹੋ ਰਹੀ, ਪਰ ਇਹ ਵੱਖਰ ਕੈਸੀ ਹੈ, ਜਿਸ ਵੱਖਰ ਕੋ ਲੈਣ ਤੂੰ ਆਇਆ, ਰਾਮ ਨਾਮ ਸੰਤਨ ਕਰ ਪਾਇਆ, ਤੈਨੂੰ ਮਿਲਦੀ ਕਿਸ ਪਾਸੋਂ ਹੈ, ਬਾਹਰ ਢੂੰਡਣ 'ਤੇ ਛੂਟ ਪਈ, ਗੁਰ ਘਰ ਹੀ ਮਾਹੀਂ ਦਿਖਾਇਆ, ਬਾਹਰ ਟੋਲਦਾ ਫਿਰਦਾ, ਇੱਥੇ ਰੱਬ ਮਿਲ ਜੂ, ਇੱਥੇ ਰੱਬ ਮਿਲ ਜੂ, ਉੱਥੇ ਰੱਬ ਮਿਲ ਜੂ, ਨਹੀਂ। ਜਿਹੜੀ ਵਸਤੂ ਨੂੰ ਤੂੰ ਲੈਣ ਵਾਸਤੇ ਸੰਸਾਰ ਦੇ ਵਿੱਚ ਆਇਆ, ਮਾਤ ਲੋਕ ਦੇ ਵਿੱਚ ਆਇਆ, ਉਹ ਤੈਨੂੰ ਕਿਸ ਪਾਸੋਂ ਪ੍ਰਾਪਤ ਹੋਣੀ ਹੈ? ਕੋਈ ਫਕੀਰ ਆਇਆ ਹੋਵੇ ਦਰਗਾਹ 'ਚੋਂ ਬਖਸ਼ਿਆ ਹੋਇਆ, ਰਾਮ ਦਾ ਮਲਾਪੀ ਹੋਵੇ, ਜਾ ਕਾ ਕਹਿਆ ਦਰਗਾਹ ਚਲੈ, ਜਿਸਕੋ ਨਜ਼ਰ ਲਾਇਆ ਬੈਠਲੈ, ਜਿਹਦਾ ਕਹਿਆ ਹੋਇਆ ਰੱਬ ਵੀ ਨਾ ਮੋੜਦਾ ਹੋਵੇ, ਉਹਦਾ ਸੰਗ ਕਰ ਤੂੰ। ਜਿਹੜਾ ਲੋਹੇ ਨੂੰ ਵੀ ਪਾਰਸ ਕਰਦਾ ਹੋਵੇ, ਉਹਨਾਂ ਦੀ ਸੰਗਤ ਕਰ ਤੂੰ। ਮੈਂ ਟੂਕਾਂ ਦੇ ਦਿੱਤੀਆਂ, ਪਹਿਲਾਂ ਤਾਂ ਕਿਹਾ ਮੇਰਾ ਮੁਝ ਮੈਂ ਕੁਛ ਨਹੀਂ, ਜੋ ਕੁਛ ਹੈ ਸੋ ਤੇਰਾ, ਤੇਰਾ ਤੁਝ ਕੋ ਸੌਂਪ ਦੇ ਕਿਆ ਲੱਗ ਹੈ ਮੇਰਾ, ਕਹਿੰਦਾ ਮੇਰਾ ਇੱਥੇ ਕੀ ਹੈ ਭਗਤੀ। ਪਰ ਜਿਹੜੀ ਵਸਤੂ ਦੀ ਪ੍ਰਾਪਤੀ ਵਾਸਤੇ ਸੰਸਾਰ 'ਚ ਆਇਆ, ਤਾਂ ਕੁਛ ਮੰਗਿਆ ਹੈ, ਜਿਹਦੇ ਨਾਲ ਤੇਰਾ ਆਧਾਰ ਹੋਣਾ, ਭਲਾ ਹੋਣਾ, ਤਾਂ ਭਵ ਸਾਗਰ ਤੋਂ ਤਰਨਾ, ਉਹ ਤੈਨੂੰ ਕਿਸ ਪਾਸੋਂ ਪ੍ਰਾਪਤ ਹੋਵੇਗੀ, ਕਿਹਦੇ ਪਾਸ ਆ ਉਹ? ਸੰਤਾਂ ਪਾਸੋਂ ਮਿਲਦੀ। ਸੰਤ ਕੈਸਾ ਚਾਹੀਏ,
मैं सारिआं वास्ते कहो भाई साहब चंगे ने जिहड़े नाम जपदे ने साधु संत महंत कोई मुनि है कोई ऋषि है अच्छे ने पर नाम जपो ये बड़ा करड़ा है सौखा भी नहीं है नाम जपण वास्ते आपा वारना पैंदा है सिरे ते जाके भी गंढ देनी पई सी दशमेश पिता गुरु गोबिंद सिंह जी ने क्यों जिस वक्त जंग युद्ध हुंदे हुंदे भाई महा सिंह की वारी आई सी उस वक्त भी दशमेश पिता नू संभालना पै गया सी ये मेरा सिख है मेरा जथेदार है इनू जथेदारी दिती हुई है अज मैं नहीं संभालू होर इनू कौन संभालूगा जा मुख साफ कीता है आप खमर कसे दिना भाई महासिया की चौन है बाबा हे सच्चे पातशाह मैं तेरा सिख है कहदे नाल जथेदारियां भी दितियां ने तू जथेदार है चौदा की है दस तैनू राज दे दिया कहिंदे नहीं महाराज मुक्ति दे दईए जन दमना दा राजा दुनिया दा जी तो चाहे दमना दा राजा दुनिया दा जी तो Thank you.
ਦਾ ਬਣਾ ਦਿਆ ਰਾਜਾ ਦੁਨੀਆ ਦਾ ਬਣਾ ਮੈਂ ਰਾਜਾ ਦੁਨੀਆ ਦਾ ਮਨ ਚਾਹੁੰਦਾ ਮੰਗ ਮੁਕਤੀ ਚਾਹੇ ਦਾ ਬਣਾ ਦਿਆ ਰਾਜਾ ਦੁਨੀਆ ਦਾ ਮਨ ਚਾਹੁੰਦਾ ਮੰਗ ਵਿਸ਼ਵਤਾ ਬਾਜਾਂ ਵਾਲੇ ਆਈ ਮਹਾਸਿਆ ਜੀ ਹਜ਼ੂਰ ਨਾਲੇ ਦਰਸ਼ਨ ਕਰੀ ਜਾ ਰਿਹਾ ਚਾਹੁੰਦਾ ਕੀ ਹੈ ਕੋਈ ਗੱਲ ਨਹੀਂ ਭਾਵੇਂ ਸਾਨੂੰ ਛੋੜ ਕੇ ਚਲੇ ਆਏ ਇੱਥੇ ਪਰ ਅਸੀਂ ਤਾਂ ਨਹੀਂ ਮਨੋ ਵਸਾਰਿਆ ਮਨੋ ਕਿਉਂ ਵਸਾਰੀਏ ਕਿਉਂ ਮੁਕਤੀ ਦੇ ਦੇਈਏ ਕਹਿਣ ਲੱਗੇ ਨਹੀਂ ਮਹਾਰਾਜ ਹੋਰ ਕੀ ਚਾਹੁੰਦਾ ਤੇਰੇ ਹੁਣ ਅਕਲੇ ਸਵਾਸ ਨੇ ਮਹਾਰਾਜ ਹੁਣ ਆਪਦੀ ਪੂਰੀ ਨੂੰ ਭੇਜ ਦਿਓ ਕਹਿੰਦੇ ਅੱਛਾ ਆਹੀ ਪਹਿਚਾਣ ਮੈਂ ਰਾਜ ਮੁਕਤ ਨਹੀਂ ਚਾਹੁੰਦਾ ਪ੍ਰੀਤੀ ਚਰਨਾ ਕਮਲਾਂ ਦੀ ਰਾਜ ਮੁਕਤ ਨਹੀਂ ਚਾਹੁੰਦਾ ਪ੍ਰੀਤੀ ਚਰਨਾ ਕਮਲਾਂ ਦੀ ਦਿਨਿਆਂ ਦੀ ਪ੍ਰੀਤੀ ਚਰਨਾ ਕਮਲਾਂ ਚਰਨਾ ਕਮਲਾਂ ਦੀ ਪ੍ਰੀਤੀ ਚਰਨਾ ਕਮਲਾਂ ਦੀ ਚਰਨਾਂ ਦੀ ਚਰਨਾਂ ਕਮਲਾਂ ਦੀ ਪ੍ਰੀਤੀ ਚਰਨਾਂ ਕਮਲਾਂ ਦੀ ਚਰਨਾਂ ਕਮਲਾਂ ਦੀ ਪ੍ਰੀਤੀ ਚਰਨਾਂ ਰਾਜ ਮੁਕਤ ਨਹੀਂ ਚਾਹੁੰਦਾ ਪ੍ਰੀਤੀ ਤੇਰਿਆਂ ਚਰਨਾਂ ਦੀ ਰਾਜ ਮੁਕਤ ਨਹੀਂ ਚਾਹੁੰਦਾ ਪ੍ਰੀਤੀ ਚਰਨਾਂ ਕਮਲਾਂ ਦੀ ਰਾਜ ਨਾ ਚਾਹੂੰ ਨਹੀਂ ਰਾਜ ਦੀ ਲੋੜ ਨਹੀਂ ਮੈਨੂੰ ਰਾਜ ਦੀ ਲੋੜ ਨਹੀਂ
मुक्त ना चाह प्रीत चरण कमलारे मैनू तेरे चरण। ध्रुव ने भी यही मंगया सी, भगतों ने भी यही मंगया, संतान ने भी यही मंगया, महापुरख आला दुआला इर्द गिर्द संत महाराज संत अतर सिंह जी गुरसागर मास्टुआणा साहेब गुरसागर रतनी भरपूरे अमृत संत चुगै नहीं दूरे। ऐसे महापुरख जिन्होंने संसार नूं आके तारना कीता, मलवई कीर्तन धारना जिहड़ियां समझ च आ जाण मेरे वर्गे दे वी, और अमृत दे कड़ाहे भर भर ऐ छकाए आ जाओ जिन्हें पार लंघना है, साढ़े गुरां ने जहाज बनाया। आओ संगते तुहानूं गुरु वाले बनाइए। उधर हुण अज काफ़ी कुछ याद जिवें सिद्धां पुरखां की बनाईआं, धन गुरु नानक साहिब महाराज सिद्ध बोलण शुभ वचन, इन्हां दीआं भी कमाईआं करीआं वीआं सी, और राजे महाराजे भी जड़े सख्त तो सख्त करड़ी तो करड़ी कमाई करनी, राज छड़ जाने राज भाग नूं छड़ जाना राजिआं ने भी, भरथरी जैसिआं ने गोपी चंद जैसिआं ने शिवनाभ जैसे खड़े उड़ीकदे सी वंदना करदे सी, जैसे भाई गुरदास जी ने गुरु साहिब ने कहा जाओ जाके हुण गुरु घर दा सुनेहा दिओ जाके, प्रचार तां प्रचार जाना इन्ना कु समय सुनेहा दिओ कि गुरु वाले बन जाओ तुहाडा बेड़ा पार हो जूगा। गुरु तो बिना ज्ञान नहीं हुंदा, ज्ञान अंजन गुर दिया अज्ञान अंधेर विनाश, भाई गुरु तो बिना तां कुछ भी नहीं है। मैं बेनती जरूर करूं गुरु वाले जरूर बन जो अमृत छक लो, इस तो बिना तो होर कुछ भी साढ़े पल्ले नहीं है, नहीं मनन की लड़ बन के जाना। जिस वखर को लैन तू आया राम नाम संतन का, संत कैसे चाहिए मैं उत्थे बोले, बाबा बीरमदास जी जैसे चाहिए जिन्हां दी 321 साल की उम्र मेरे गुरुदेव जी ने दस्या, उन्हां नूं बाबा पूरनदास जी ने लिखाया। असी तो उदो जन्म भी नहीं सी लिया, पर लिखिया होया पालवा इतिहास की चौथी सेंची च पढ़िया, संत महाराज ने लिखाया। बाबा पूरनदास जैसे चाहिए फकीर होण जेड़े जिन्हां दे जाका कहया जिदा कहया होया दरगाह च चले रब मानदा होवे, मैं उन्हां तो बलिहार जाना साहिब जिन्हां दीआं मन्ने मैं बलिहारे जावां। श्रीमान 111 महापुरख संत बाबा बलवंत सिंह जी सिद्ध सर सिहोड़ा साहिब बोले जिन्हां दीआं नाम दीआं कमाईआं कीतीआं होईआं अज संगत चों आवाज़ आउंदी है, क्योंकि दास आया करदा विच इधरले ला के जदों दीवान सजा करदे इसे धरती ते, और आला दुआला सारा जितनी कायो सी और आप जपिया भी सी संगतां नूं नाम जपाया सी बतार के ही लै गए। इधर सारा सोमल खड़िया उपले हिस्से नूं लग जाओ, सारे बालियाल साहिब बैठे देखो किहड़ा नगर रह गया सी, कोई नहीं मेरे हिसाब ना रहा नहीं, खंड पाठ साहिब तो हो ही है जरूर। एक वो महापुरख दरवेश सिरसर सिहोड़ा साहिब वाले जिन्होंने 40-40 दीवान लगातार लाए ने, एक नित नवी साखी सी, एक ओंकार स्वरूप दे ही 40 दीवान ला दते, समाप्ति एक ओंकार ते ही कीती। पालमा चले देख लो रोड़े वाल साहब की धरती से
ਮਸਤੂਆਣਾ ਸਹਿਮ ਨਵਾਂ ਮਸਤੂਆਣਾ ਇਹੋ ਜਿਹਾ ਫਕੀਰ ਨਹੀਂ ਲੱਭਣਾ। ਮੈਂ ਦੇਖਿਆ ਜਹਾਨ ਸਾਰਾ ਟੋਲ ਕੇ ਤੇਰੇ ਜੈਸਾ। ਸੰਤ ਬਾਬਾ ਮੱਘਰ ਸਿੰਘ ਜੀ ਰਾਮਗੜ੍ਹ ਜਗਰਾਮਾ ਜਿਨ੍ਹਾਂ ਨੇ ਇਹ ਗੱਦੀ ਤੋਂ ਬਖਸ਼ਿਸ਼ਾਂ ਲਈਆਂ ਨੇ, ਉਦਾਸੀ ਗੱਦੀ ਸੰਤਾਂ ਦੀ, ਬਾਬਾ ਵੀਰਮਦਾਸ, ਪੂਰਨਦਾਸ, ਸਿੱਧ ਪੁਰਸ਼ਾਂ ਦੇ ਅਸਥਾਨਾਂ ਤੋਂ ਰਾਮਗੜ੍ਹ ਜਗਰਾਵਾ, ਸੰਤ ਬਾਬਾ ਈਸ਼ਰ ਸਿੰਘ ਜੀ ਰਾੜਾ ਸਾਹਿਬ, ਕਿਉਂਕਿ ਰੁੜਿਆਲ ਸਾਹਿਬ ਦੇ ਨਾਲ, ਬਧੌਚੀ ਦੇ ਨਾਲ ਨਗਰ ਸੀ ਆਲੋਵਾਲ, ਮੇਰੇ ਨਾਲ ਲੱਗਦਾ ਹੀ ਰੁੜਿਆਲ ਸਾਹਿਬ ਦੇ ਨਗਰ ਹੈ। ਉਹਨਾਂ ਨੇ ਵਰ ਬਖਸ਼ਿਸ਼, ਵਰ ਕਿੱਥੋਂ ਲਈ ਬਖਸ਼ਿਸ਼? ਸੰਤ ਬਾਬਾ ਜਵਾਲਾ ਸਿੰਘ ਜੀ ਹਰਖੋਵਾਲ, ਮਾਲਵਾ ਇਤਿਹਾਸ ਦੀ ਚੌਥੀ ਸੈਂਚੀ ਪੜ੍ਹਿਓ, ਜਿਹੜੀ ਉਹ ਮਹਾਂਪੁਰਖ ਨੇ ਆਪਣੇ ਹੱਥਾਂ ਦੇ ਨਾਲ, ਹਸਤਾਂ ਦੇ ਨਾਲ ਲਿਖ ਕੇ ਕਲੋਂ ਗੁੰਦ ਦਿੱਤੀ, ਜਿਹਦੇ ਵਿੱਚ ਗੁਰੂ ਦਸ਼ਮੇਸ਼ ਜੀਆਂ ਦੀ, ਬਾਬਾ ਨਾਨਕ ਸਾਹਿਬ ਜੀਆਂ ਦੀ, ਸਾਰੇ ਪਾਤਸ਼ਾਹ ਦੀ ਉਸਤਤ ਕੀਤੀ ਗਈ ਹੈ। ਮੈਂ ਤੇਰੀ ਉਸਤਤ ਕਰਕੇ ਜੀਵਾਂ, ਬਸ ਇੱਕੋ ਹੀ ਅੱਖਰ ਹੈ, ਹਰ ਮਨ ਵਸਤ, ਇੱਕ ਅੱਖਰ, ਇੱਕ ਅੱਖਰ ਵੀ ਜਿਨ੍ਹਾਂ ਦੇ ਮਨ ਵਸ ਗਿਆ ਬਈ ਜੀਵਨ ਨਿਹਾਲ ਹੋ ਗਿਆ। ਜਿਸ ਵੱਖਰ ਕੋ ਲੈਣ ਤੂੰ ਆਇਆ, ਰਾਮ ਨਾਮ ਸੰਤਨ ਕਰ ਪਾਇਆ, ਤਾਜ ਅਭਮਾਨ ਲਿਓ ਮਨ ਮੋਲ ਰਾਮ ਨਾਮ। ਹੁਣ ਹਿਰਦੇ ਦੇ ਅੰਦਰ ਰੱਬ ਨੂੰ ਵਸਾਉਣਾ, ਉਹਦੇ ਨਾਮ ਨੂੰ ਵਸਾ ਲਿਆ, ਰੱਬ ਨੂੰ ਵਸਾ ਲਿਆ, ਰੱਬ ਦਾ ਹੀ ਨਾਂ ਹੈ। ਰੱਬ ਕਹਿਤਾ, ਰਾਮ ਕਹਿਤਾ, ਅੱਲਾ ਕਿਹਾ, ਵਾਹਿਗੁਰੂ ਕਹਿ ਲਿਓ, ਖੁਦਾ ਕਹਿ ਲਿਆ। ਕੋਈ ਕਹਿ ਕੇ ਖੁਦਾ ਵਾਜਾ ਮਾਰਦਾ, ਕੋਈ ਉਹਨੂੰ ਅੱਲਾ ਵਾਹਿਗੁਰੂ ਖੁਦਾ ਦਾ ਨਾਮ, ਕੋਈ ਹੈ ਬਈ ਪਰਮਾ ਨੇ, ਕੋਈ ਕੁਛ ਬੋਲਦਾ, ਪਰ ਰੱਬ ਤਾਂ ਇੱਕੋ ਹੀ ਹੈ ਨਾ, ਜਿਹਦੇ ਅਸੀਂ ਉਬਾਲ ਕੇ ਆਏ ਹੋਏ ਹਾਂ ਮਾਤ ਲੋਕ ਦੇ ਵਿੱਚ ਸੇਵਾ ਕਰਨ ਵਾਸਤੇ, ਨਾਮ ਜਪਣ ਵਾਸਤੇ। ਰਾਮ ਨਾਮ ਸੰਤਨ ਕਰਦਾ, ਤਾਜ ਅਭਿਮਾਨ, ਇਹ ਅਭਿਮਾਨ ਨੂੰ ਤਾਜ ਦੇ ਛੱਡ ਦੇ, ਇਹ ਹਉਮੇ ਨੂੰ ਛੱਡ ਦੇ, ਹਉਮੇ ਵਾਲਾ ਇਹ ਜੇ ਰੋਗ ਲੱਗ ਗਿਆ ਤੈਨੂੰ, ਤੂੰ ਫੇਲ ਹੈ। ਜੇ ਹਉਮੇ 'ਚ ਆ ਗਿਆ ਨਾ, ਹਉਮੇ ਦੀਰਘ ਰੋਗ ਹੈ, ਐਸਾ ਰੋਗ ਹੈ ਇਹ, ਪਰ ਦਾਰੂ ਪੀ ਇਹਦੇ ਵਿੱਚ ਹੀ ਹੈ, ਕਿਤੇ ਲੱਗ ਨਾ ਕਿਸੇ ਨੂੰ ਜਾਵੇ। ਇਹ ਤਾਂ ਲੱਗ ਨਾ ਕਿਸੇ ਨੂੰ ਬਈ ਜਾਵੇ, ਹਉਮੇ ਵਾਲਾ ਰੋਗ ਬੁਰਾਏ, ਲੱਗ ਨਾ ਕਿਸੇ ਨੂੰ ਜਾਵੇ, ਹਉਮੇ ਵਾਲਾ ਰੋਗ
रोग चंद्रा होमे वाला जी रोग चंद्रा ਹਉਮੈ ਤੋਂ ਬਚਣ ਵਾਸਤੇ ਗੁਰੂ ਦੀ ਲੋੜ ਹੈ, ਨਾਮ ਦੀ ਲੋੜ ਹੈ, ਨਿਮਰਤਾ ਦੀ ਲੋੜ ਹੈ, ਸੇਵਾ ਦੀ ਲੋੜ ਹੈ, ਫਿਰ ਸਿਮਰਨ ਹੋਣਾ ਹੈ। ਤੂੰ ਲੈਣ ਜਿਹੜੀ ਵਸਤੂ ਲੈਣ ਵਾਸਤੇ ਤੈਨੂੰ ਸੰਤਾਂ ਕੋਲੋਂ ਮਿਲਣੀ ਹੈ। ਸੰਤ ਟੋਲਦਿਆਂ ਇੱਕ ਮੁਰਸ਼ਦ ਮਿਲਿਆ, ਇੱਕ ਮਿਲਿਆ। ਮੈਂ ਹੋ ਜਾਂ ਵੇਸ ਵਖੀਰਾ, ਮੈਂ ਉਹ ਮਹਾਂਪੁਰਖ ਦੇ ਦਰਸ਼ਨ ਕਰਕੇ ਨਿਹਾਲ ਹੋ ਗਿਆ। ਕਿਹੋ ਜਿਹਾ ਹੈ ਉਹਦਾ ਮਸਤਕ, ਕੈਸਾ ਹੈ ਉਹਦਾ ਚਿਹਰਾ, ਕਿਹੋ ਜਿਹਾ ਹੈ ਜਲਾਲ ਦੱਗਦਾ ਹੈ, ਮਸਤਕ ਦੀਆਂ ਰੇਖਾ ਦੱਸਦੀਆਂ ਨੇ ਕੁਛ। ਇਹਨੇ ਨਾਮ ਜਪਿਆ, ਮਿਲਿਆ ਸੀ, ਇੱਕ ਮਿਲਿਆ ਸੀ ਮਹਾਂਪੁਰਖ। ਕਹਿੰਦੇ ਬਾਬਾ ਪੂਰਨ ਦਾਸ ਜੀ ਕਿੱਥੇ ਚਲੇ ਗਏ ਸੀ? ਗੁਰੂ ਸਰ ਚੱਕਰ ਜਿੱਥੇ ਤਿੰਨ ਪਾਤਸ਼ਾਹੀਆਂ ਗਈਆਂ, ਨਿਸ਼ਾਨ ਸਾਹਿਬ ਤਿੰਨ ਝੂਲਦੇ ਨੇ। ਮੈਂ ਦਰਸ਼ਨ ਕਰਕੇ ਆਉਂਦਾ ਰਿਹਾ, ਬਰਸ਼ੀ ਤੋਂ ਪਹਿਲਾਂ ਜਾਂਦਾ, ਤਿੰਨ ਪਾਤਸ਼ਾਹੀਆਂ ਦੇ ਨਿਸ਼ਾਨ ਸਾਹਿਬ ਝੂਲਦੇ। ਥਾਣੇਦਾਰ ਸਾਹਿਬ ਮੇਰੇ ਨਾਲੇ ਸੀ ਉਦੋਂ, ਸ਼ਾਇਦ ਦੋ ਵਾਰੀ ਮੈਂ ਇਹਨੂੰ ਨਾਲੇ ਲੈ ਗਿਆ। ਜਿੱਥੇ ਤਪ ਕਰਦੇ ਸੀ ਮਹਾਂਪੁਰਖ ਸੰਤ ਬਾਬਾ ਬਲਵੰਤ ਸਿੰਘ ਜੀ, ਸਿੱਧ ਸਰ ਸਿਹੋੜਾ ਰੋੜੇ ਵਾਲੀਏ, ਬਾਬਾ ਪੂਰਨ ਦਾਸ ਉਦਾਸੀ ਸੰਤਾਂ ਦੇ ਚੇਲੇ ਉੱਤਰਾਧਿਕਾਰੀ, ਫਿਰ ਸ਼੍ਰੀ ਮਹਾਂਤੀ ਲਈ ਰੋੜੇਵਾਲ ਸਾਹਿਬ ਦੀ, ਰੋੜੇਵਾਲ ਸਾਹਿਬ ਦੀ ਸ਼੍ਰੀ ਮਹਾਂਤੀ ਲੈ ਕੇ ਕਿਤਨੇ ਗੁਰੂ ਘਰ ਬਣਾਏ, ਗਿਣਤੀ ਤੋਂ ਉੱਪਰ ਕਰ ਗਏ। ਸ਼੍ਰੀ ਹਜ਼ੂਰ ਸਾਹਿਬ ਵੀ ਭਜਨਗੜ੍ਹ ਗੁਰਦੁਆਰਾ ਸਾਹਿਬ ਬਣਾਇਆ, ਰੇਲਾਂ ਭਰ ਕੇ ਲੈ ਕੇ ਗਏ ਟਰੇਨਾਂ, ਜਗ੍ਹਾ ਉੱਥੇ ਲਈ ਬਣਾ ਕੇ ਸੰਤ ਮਹਾਰਾਜ ਸੰਤ ਤਾਤਰ ਸਿੰਘ ਜੀਆਂ ਦੇ ਨਾਂ 'ਤੇ ਭਜਨਗੜ੍ਹ, ਉੱਥੇ ਭਜਨ ਕੀਤਾ ਮਹਾਂਪੁਰਖਾਂ ਨੇ ਬੈਠ ਕੇ ਗੋਦਾਵਰੀ ਦੇ। ਉਹ ਫਕੀਰ ਦੀਆਂ ਰਮਜਾਂ, ਰਾਮ ਦੇ ਬਖਸ਼ੇ ਹੋਏ ਦੀਆਂ ਰਮਜਾਂ ਕੋਈ ਨਹੀਂ ਸੀ ਛੇਤੀ ਜਲਦੀ ਸਮਝ ਸਕਦਾ, ਪਰ ਐਸੇ ਮਹਾਂਪੁਰਖ ਬਲ ਬਲ ਜਾਵਾਂ ਜੀ ਮੈਂ ਆਪਣੇ ਗੁਰਾਂ ਤੋਂ, ਐਸੇ ਗੁਰ ਕੋ ਬਲ ਬਲ ਜਾਈਏ, ਆਪ ਮੁਕਤ ਮੋਹਿਤਾਰੀ। ਤੂੰ ਲੈਣ ਆਏ ਇਹ ਜੇ ਸੰਤਾਂ ਦੇ ਜਾ,
शरणी पै जा, चरणी पै जा, तेनू कोई डर नहीं रहो, भौ नहीं रहो। पै तो उपर निकल जाएगा, शरणी पै जा संतान दे। जे तू जन्म मरण तो डरदा है, जन्म मरण दो मैं नाही, कौन है हो फकीर? रब दा बख्शिया होया जन पर उपकारी आए, पर उपकार नित चितबते नाही गच पोश, पर उपकारी बन के आउंदे ने। ड्यूटी लागी भगवान वालों, जाओ मातलोक दे विच जाके रब दे घर दा सुनेहा दिओ, गुरु दे घर दा सुनेहा दिओ, संदेश दिओ। संतो इन्नियां कमाइयां कीतियां ने एडियां बड़ियां, तुसी जाके नाम जपाओ और कलयुग दे तत्ते झोलियां तो बचाओ। उत्थे चल जाओ, मेरे घर दा सुनेहा दे दिओ, जन पर उपकार ही आए। जी दान दे भगती लाए, हर स्यो लैन मिलाए। जी दान दे के भगती बई रब नाल मिलाउंदे जीवा, ओ रब नाल मिला दिंदे ने। आप मुक्त मोहे तारे जी, ऐसिया गुरां तों जिहड़ा आप तरिया हो ओ बां पकड़ के कट के लै जांदे संत संत कृपाल सिंह जी छन्ना वाले, कल्याण उहनां दा। क्यों? ओ शाही फकीर दरगाह दे संदेश देण वाले, उहनां दीआं वी मैं कथा पढ़ियां सुनियां। वाह वाह, इहो जिहा फकीर मिल जावे कोई रब दा, मैं कई धारना एवें ही पढ़ गया बिना बाजे तो ही, मिल जावे उहदी लोड़ है मिलण वाले दी। मिलण वाला भी होवे, कोई वैरागी होवे, ध्रुव वांग प्रहलाद वांग वैराग होवे अंदरों, उत्तों उत्तों वैराग नहीं, उहनूं फिर महापुरख भी नहीं चलदे, पछाण लैंदे ने ओ पीर पछाण दे बुरियां ते पलिया, बुरियां नूं भी ते भलिया नूं भी पीर पछाण लैंदे ने, फिर उहदी हामी भरदे ने। गुरु पीर भी भरनगे हामी बई, ऐसे जिहड़ा नाम जपदा है गुरु वाला बन गया, सेवा करदा है गुरु घर जाके, सिमरन करदा है, निंदिया नहीं करदा, चुगली नहीं करदा, झूठ नहीं बोलदा, बुरियाइयां तों जिहड़ा बच गया उहदी गुरु पीर भी परन गे हमी अपने सेवक दीग दीग परन गे हमी अपने सेवक दीग गुरु सेवक दी पीर भरन गे बई हमी अपने सेवक दी गुरु मेरे अपने We'll be right back.
प्यारे अपने सेवक दी प्यारो अपने सेवक दी मेरे प्यारे सतगुर जीवी पारन गे वही हमी अपने सेव कमी गुरु सतगुर पीर हमारे कहने हामा तां पर है हामी तां भरन गे जा मुरदार ना खाए तेरी हामी तां भरन गे कोई माड़े काम ना करी उन्हां तो बच जाएगा फिर तेरी हामी भरन गे अगर तैं बुरियाइयां तक चलिया गया तो फिर गुरु पीर नहीं भरन गे हामी ना 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 ये भी नाल दिता गया सतगुरु पीर नहीं भरनगे हामी एहो जे बंदियां दी वो मनमुख बंदियां दी जेड़े नाम जपते ने गुरु वाले ने उन्हां वास्ते है तां संतां वास्ते है जेड़ी वस्तु नूं वखर नूं तू लैण वास्ते आया है वो तैनूं संतां पासों मिलनी है तो संतां पास चले आ जा जड़ी बखर को लैन तू बई आ गया मिलती है साधुआं तो बस तू लैन तू आया मिलती है साधुआं साधुआं तो मेरी प्यारी मिलती है साधुआं तो
ਦੀ ਹੈ ਗੁਰਾਂ ਦੀ ਬਈ ਬਾਣੀ ਤੂੰ ਸੱਚ ਕਹਿੰਦੀ ਹੈ ਗੁਰਾਂ ਦੀ ਬਾਣੀ ਮਿਲਦੀ ਹੈ ਸਾਧੂਆਂ ਤੋਂ ਜਿਹੜੀ ਬੱਖਰ ਕੋ ਲੈਣ ਤੋਂ ਆਇਆ ਮਿਲਦੀ ਹੈ ਸਾਧੂਆਂ ਤੋਂ ਜਿਹੜੀ ਬੱਖਰ ਕੋ ਲੈਣ ਤੋਂ ਆਇਆ ਰਾਮ ਨਾਮ ਸੰਤ ਤਾਜੇ ਮਨ ਲਿਓ ਮਨ ਮੋਲ ਰਾਮ ਨਾਮ ਹਿਰਦੈ ਮੈਂ ਰਾਤ ਵੇਖ ਸੰਤੈ ਸੰਗ ਚਾਲ ਅਵਰ ਤਿਆਗ ਵੇਖਿਆ ਧਨ ਧਨ ਕਹਿ ਸਭ ਮੁਖ ਉਜਲ ਹਰ ਦਰ ਗਏ ਇਹ ਵਾਪਾਰ ਬਿਰਲਾ ਵਾਪਾਰ ਹੈ ਨਾਨਕ ਤਾਂ ਕਹਿ ਵਲ ਵਲ ਜਾਮਾ ਜੀ ਮੈਂ ਸ਼ਾਮ ਸੁੰਦਰ ਵਲ ਵਲ ਜਾਮਾ ਜੀ ਮੈਂ ਸ਼ਾਮ ਸੁੰਦਰ ਵਲ ਜਾਮਾ ਵਲ ਵਲ ਜਾਮਾ ਜੀ ਮੈਂ ਵਲ ਵਲ ਜਾਮਾ ਵਲ ਵਲ ਜਾਮਾ ਬਾਬਾ ਜਾ ਬਲ ਜਾਮਾ ਮੈਂ ਬਲ ਬਲ ਜਾਮਾ ਬਲ ਬਲ ਜਾਮਾ ਬਲ ਬਲ ਜਾਮਾ ਜੀ ਮੈਂ ਬੁਲਿਆਰ ਜੀ ਮੈਂ ਆਪਣੇ ਗੁਰਾਂ ਤੋਂ ਜਾਮਾ ਬੁਲਿਆਰ ਜੀ ਮੈਂ ਆਪਣੇ ਗੁਰਾਂ ਆਪਣੇ ਗੁਰਾਂ ਤੋਂ ਭਾਈ ਆਪਣੇ ਗੁਰਾਂ ਤੋਂ ਆਪਣੇ ਗੁਰਾਂ ਤੋਂ ਬਲ ਜਾਵਾਂ ਜੀ ਮੈਂ ਆਪਣੇ ਗੁਰਾਂ ਤੋਂ ਬਲ ਜਾਵਾਂ ਬਾਈ ਆਪਣੇ ਗੁਰਾਂ ਬਲਿਹਾਰੀ ਗੁਰੂ ਆਪਣੇ
जिन मानुष से देवते किए करत ना लागी वार। ऐसा गुर बड़भागी मिलिया होवे, जीवन दे आधार वाला मिलिया होवे, बल बल जावां उन्हां संतां तों जिन्हां दे दर्शन करके ही भुख होर लगदी है। कई कह देंदे ने बस जी भुखा ही उतर गईयां, जदों उतरे गई भुख तैनू फिर कित्थों लगू, होर लगदी है। मैं महापुरख दा संग करां, मैनू दर्शन हुंदे रहण, ये नाम जपण वाला है, ये वैरागी है, ये मुख चो जो निकलदा है कोई वाचन वो पूरा हो जाता है। उन्होंने तां ते पूरा कहा गया, पूरा प्रभ आराध्या, पूरा जाका नाम, नानक पूरा पाया, पूरे के गुण गाओ। गावो संग ते धन गुरु नानक साहब। मैं अज सिद्धां दी सुनाउणा सी कोई कथा, सिद्ध गोष्ट हुंदी है जदों उन्हां वास्ते। चलो जिधर नूं मालक लै गया बुलाया उधर बोल के डोरी हाथ तुम्हारे प्रभु, मेरे हाथ कुछ नहीं है, डोरी हाथ तुम्हारे। जिधर नूं खिंचदे उधर नूं जाने हैं, ज्यों बुलाउने त्यों बोलदे हैं, जिथे भेजदे उत्थे जाना पैंदा है। अपनी चाकरी कराते रहो, ऐ गुरु नानक साहब, गुरु ग्रंथ साहब महाराज, संसार नूं उतारदे रहो, एवें ही दर्शन दिदारे हुंदे रहण तेरे। भाग टड़े असीं वड्डे भागां वाले हैं, हर संत तुम्हारे जिन करता हर नामा, परवान गणी से यह आए भावा, सफल तिना के कामा, उन्हां दा आउणा भी धन है। महापुरशां दा महापुरश भी तां कहा जांदा है, संत, कि उन्हां ने पिछलियां कमाईयां कीतियां हुंदियां ने, बाज कमाई अपनी सियाणे कहिंदे ने, सियाणे लोकां पासों सुणीए, बाज कमाई अपनी कदे रज ना आवे, दूए दी कमाई नूं देखी जाईए, आपदी करिए ना कितना क समा उड़ीकांगे। एक दिन तैनू जदों संदेश सुनेहा आना ना भगवान दा, उत्थे तेरे तकड़ी दे विच कीते कर्मां दे फल जितने भी करके चलिया सजना उतो ले जाणगे। मेरे महापुरखां दीआं धारणा बहुत वड्डियां वड्डियां, क्या होना जी, उन पाप नहीं जिंदड़िए तेरे तकड़ी च, तकड़ी च तोले जाणगे। दो पलड़े ने बराबर उधर उधर। भगवान कृष्ण जी नूं भी कहा गया सी, खेड रचाई आपे, आपे पाप कापे पहुना, जा रहा खासम ता कौन रख सकदा है। जदों ऐसी लीला वरताई कृष्ण जी ने, नारद जी आ गए, आपे ही शर्त हार गए। चलो नारद जी कहन लगे, चलो कृष्ण जी वाड़ा वचन है, मैं तेरे नाल चलूं जी मैं हार गया। कहिंदे हाँ बिल्कुल चलूंगा जरूर। गोपियां आईयां की कहन लगियां, असी नहीं जान देना भगवान कृष्ण नूं। कहिंदे की गल, मेरे नाल वचन हो चुका है, तुसी कौन हो रोकण वालियां, नहीं जान देंगे। इन्हां दे बराबर तुसी की मंगदे हो, सोना मंगदे हो। कहिंदे वाह वाह, नारद जी खड़े खुश होई जांदे ने,
ਕਹਿੰਦੇ ਭਗਵਾਨ ਕ੍ਰਿਸ਼ਨ ਅੱਜ ਤੇਰਾ ਮੁੱਲ ਪੈਣ ਲੱਗ ਗਿਆ, ਤੱਕੜੀ ਮੰਗਵਾਈ ਵੀ ਤੱਕੜਾ ਉਹਦੇ ਵਿੱਚ ਤੋਲਣ ਵਾਸਤੇ ਲਓ। ਕਹਿੰਦੇ ਪਾਓ ਕੀ ਪਾਉਂਦੇ ਹੋ, ਸੋਨਾ ਪਾ ਦਿੱਤਾ, ਚਾਂਦੀ ਪਾ ਦਿੱਤੀ, ਵਸਤਰ ਪਾ ਦਿੱਤੇ, ਪਰ ਕ੍ਰਿਸ਼ਨ ਜੀਆਂ ਦਾ ਪਲੜਾ ਨਹੀਂ ਉੱਪਰ ਉੱਠਿਆ। ਨਾਮ ਦੇ ਵਿੱਚ ਇਤਨੀ ਤਾਕਤ ਹੈ, ਬਲ ਹੈ। ਜਿਸ ਵਕਤ ਔਰ ਲਿਆਓ ਬਾਈ ਕੀ ਲਿਆਉਂਦੇ ਹੋ, ਅਗਰ ਬਰਾਬਰ ਆ ਗਿਆ, ਉੱਪਰ ਉੱਠਣ ਦੀ ਵੀ ਲੋੜ ਨਹੀਂ ਤਾਂ ਜ਼ਿਆਦਾ ਮੈਂ ਕ੍ਰਿਸ਼ਨ ਜੀਆਂ ਨੂੰ ਤੁਹਾਡੇ ਨਾਲ ਸਾਥ ਤੋਰ ਦਿਓ। ਨਾਰਦ ਜੀ ਕਹਿਣ ਲੱਗੇ ਠੀਕ ਹੈ, ਪਾਈ ਗਏ, ਸਭ ਕੁਛ ਮੁਕਾ ਦਿੱਤਾ, ਉੱਥੇ ਖੇਡ ਵਰਤਾ ਦਿੱਤੀ। ਫਿਰ ਨਾਰਦ ਜੀ ਨੇ ਕ੍ਰਿਸ਼ਨ ਜੀ ਉੱਠ ਚਲੋ ਚਲੀਏ, ਕਹਿੰਦੇ ਜਾਣਾ ਪੈਣਾ ਬਚਨ ਦੀ ਹੈ। ਰਾਜੇ ਮਹਾਰਾਜੇ ਵੀ ਬਚਨਾਂ ਦੇ ਬਲੀ ਹੁੰਦੇ ਸੀ। ਠੀਕ ਹੈ, ਉੱਠੀਏ ਹੁਣ, ਕਹਿਣ ਲੱਗਿਆ ਨਹੀਂ ਮਹਾਰਾਜ ਅਜੇ ਉੱਠਣਾ ਨਹੀਂ, ਹੋਰ ਦੇਖ ਲੈਂਦੇ ਹਾਂ, ਲਿਆਓ ਕੀ ਕਰੀਏ। ਇਸ਼ਾਰਾ ਕੀਤਾ ਭਗਵਾਨ ਕ੍ਰਿਸ਼ਨ ਨੇ, ਮੇਰੇ ਨੇੜੇ ਆਓ। ਕਹਿੰਦੇ ਆ ਸਾਰਾ ਕੁਛ ਲਾ ਲਿਓ, ਗਹਿਣੇ ਗੱਟੇ ਜਿਤਨੇ ਵੀ ਨੇ ਦੇ ਤੱਕੜੇ ਚੋਂ, ਇੱਕ ਪੱਤਰਾ ਲਿਆਓ, ਪੱਤਾ ਲਿਆਓ, ਆ ਬਰੋਟੇ ਦਾ ਹੀ ਲਾ ਲਿਓ, ਚਾਹੇ ਤੁਲਸੀ ਦਾ ਲਿਆਓ, ਹਾਂ ਉਹਦੇ 'ਤੇ ਰਾਮ ਸ਼ਬਦ ਲਿਖ ਦਿਓ, ਇੱਕ ਅੱਖਰ, ਇੱਕ ਅੱਖਰ ਰਾਮ ਸ਼ਬਦ ਲਿਖ ਦਿਓ, ਸਾਰਾ ਕੁਛ ਲਾ ਕੇ ਉਹ ਰੱਖ ਦਿਓ। ਫਿਰ ਦੇਖਿਓ ਸਭ ਕੁਛ ਲਾ ਦਿੱਤਾ, ਉੱਥੇ ਰਾਮ ਸ਼ਬਦ ਲਿਖ ਦਿੱਤਾ। ਜਿਸ ਵਕਤ ਰੱਖਿਆ ਪੱਤਾ, ਭਗਵਾਨ ਕ੍ਰਿਸ਼ਨ ਜੀਆਂ ਦਾ ਪਲੜਾ ਉੱਪਰ ਹੈ, ਨਾਮ ਵਾਲਾ ਝੁਕ ਗਿਆ ਹੇਠਾਂ। ਨਾਰਦ ਜੀ ਕਹਿਣ ਲੱਗੇ ਭਗਵਾਨ ਇਹ ਕੀ ਲੀਲਾ ਵਰਤਾਈ ਹੈ ਤੁਸੀਂ, ਨਾਮ ਤੇਰੇ ਨਾਮ ਦੇ ਬਰਾਬਰ ਹੈ ਨਾ। ਬਾਬਾ ਫਰੀਦ ਜੀਆਂ ਨੇ ਵੀ ਕਿਹਾ ਦੁੱਧ ਘਿਓ ਖੰਡ ਮਿਸ਼ੀ, ਫਰੀਦਾ ਸ਼ੱਕਰ ਖੰਡ ਨਿਵਾਤ ਗੁੜ, ਮਾਖਿਓ ਬਈ ਸਭੇ ਵਸਤੂ ਮਿੱਠੀਆਂ ਰੱਬ ਨਾ ਪੂਜਣ ਸੁਧ। ਕਹਿੰਦੇ ਇਹਦੇ ਬਰਾਬਰ ਕੋਈ ਵਸਤੂ ਨਹੀਂ ਹੈ, ਨਾਮ ਦੇ ਤੁਲ ਕਾਹਨੂੰ ਟੋਲਦਾ ਫਿਰਦਾ ਮਨਾ, ਗੁਰ ਘਰ ਹੀ ਨਾਮ ਜਪੋ ਪਾਠ ਕਰੋ। ਪਾਗ ਛੜੇ ਤੇ ਮੈਂ ਬੋਲ, ਰਾਜੇ ਮਹਾਰਾਜਿਆਂ ਦਾ ਜਿਹੜਾ ਪੰਧੇਰਾਂ ਦਾ ਇਤਿਹਾਸ ਚੱਲ ਰਿਹਾ, ਸਿੱਧਾਂ ਦਾ ਚੱਲ ਰਿਹਾ, ਰਾਜੇ ਮਹਾਰਾਜਿਆਂ ਦਾ ਚੱਲ ਰਿਹਾ, ਲੜੀ ਨਾਲ ਕੜੀ ਜੁੜਦੀ ਜਾ ਰਹੀ। ਪਰ ਉਸ ਵਕਤ ਮਹਾਰਾਜੇ ਜੁਗਦੇਵ ਦਾ ਵੀ ਆਉਂਦਾ ਨਾਲ ਇਹਦੇ, ਜੇ ਨਾਮ ਜਪਿਆ ਸੀ, ਬੰਦਗੀ ਕਰੀ ਸੀ, ਭਗਤੀ ਕਰੀ ਸੀ, ਰਾਜੇ ਜਗਦੇਵ ਦੀ ਮਦਦ ਵਾਸਤੇ ਭਗਵਾਨ ਨੂੰ ਖੁਦ ਆਉਣਾ ਪੈ ਗਿਆ ਸੀ ਉਸ ਵਕਤ। ਇਹ ਕੱਲ੍ਹ ਸਹੀ, ਕੱਲ੍ਹ ਦਾ ਦਿਨ ਫੇਰ ਹੈ, ਬਾਕੀ ਰਾਜੇ ਮਹਾਰਾਜਿਆਂ ਦੀਆਂ ਇਹ ਚੱਲਦੀਆਂ ਰਹਿੰਦੀਆਂ ਨੇ। ਫਕੀਰਾਂ ਦੀ ਧਰਤੀ 'ਤੇ ਰੋੜੇ ਵਾਲ ਸਹਿ ਔਰ ਨਾਲ ਭਾਗੜੇ, ਵੱਡੇ ਭਾਗਾਂ ਦੀ ਨਿਸ਼ਾਨੀ ਮਨਾ ਮੇਰਿਆ ਸੰਗ ਹੋ ਗਿਆ। ਪੜ੍ਹਦੇ ਸੀ ਨਾ ਮੇਰੇ ਆਉਂਦੇ ਤੇ ਪੜ੍ਹੀ ਹੈ, ਵੱਡੇ ਕਰਮਾਂ ਦੀ ਭਾਗ ਅਠੜੇ ਹਰ ਸੰਤ ਤੁਮਾਰੇ, ਐ ਗੁਰੂ ਸਾਹਿਬ ਤੇਰੇ ਭਾਗ ਅਠੜੇ ਅਮੀਰ ਕੌਣ ਨੇ, ਤੇਰੇ ਗੁਰਸਿੱਖ ਨੇ, ਤੇਰੇ ਸੰਤ ਨੇ, ਭਾਗ ਅਠੜੇ ਹਰ ਸੰਤ ਤੁਮਾਰੇ, ਜਿਨ ਕਰ ਧਨ ਹਰ ਨਾਮਾ ਪ੍ਰਵਾਨ ਗਣੀ ਸਹੀ ਆਏ। ਧੰਨ ਧੰਨ ਜੀ ਆਉਣਾ ਓ ਨਾਮ ਦਾ, ਧੰਨ ਧੰਨ ਜੀ ਆਉਣਾ ਓ ਨਾਮ ਦਾ।
बाबा तन धन आया ते जगत उतर जावे तन बन आना नाबाजीना आया ते जगत उतर जावे सारा ही तर जावे तन बन आना नाबाजीना आना गुरां दा संगते तन तन आना गुरां दा तन आना युना तर जावे जी जागत तर जावे तन तन आना युना माजीना आया दे जागत तर जावे तन तन आना युना माजीना तन तन जाने आया जिस प्रसाद साहब जाने आवन का ई है आप मुक्त मुक्त करे संसार नानक तिस जन को सदा ओ जन सदा ही उस महापुरख नत्वेते नाम दे रसीए सदा ही नमस्कार है। बाबा वीर अमरदास जी ने संत बाबा ज्वाला सिंह जी ने 14 साल अपने पास रख के नाम जपा के तप करा के जप करा के
14 साल बाद कहा सी कहिंदे जा सिखा संत जी जिन्हों चाहिया करेगा ऐ नहीं भी तू ब्रह्म ज्ञानी हो गया नादर करया करेगा अपने मुख चो बोलिया करेगा ब्रह्म ज्ञानी बना दिया करेगा ऐसे गुरु को वाल वाल जाइए ऐसे गुरां दे वो गद्दी ते आए सी संत महाराज टोलदे फिरदे सी जे मैनू मिले कोई पूर्ण महापुरख मिले जिहड़ा रब दा नजदीकी होवे मिल जावे कोई राम दा बख्शिया फिर तू भी बख्शिया जावेगा इन्ना जप तप कीता होवे इतने पाठ पूजा कीतियां होण फिर भी पालदे फिरदे सी बिजोगी होए वे सी कि मैनू राम दा नजदीकी मिल जावे मिल जावे कोई गुरां दा बख्शिया फिर तू भी बख्शिया मैं धारना नहीं पढ़ता जी क्यों कल का दिन फिर अपने पास पे है बहुत अच्छा नगर निवासी इलाका निवासी हूँ जी मैं कले कले का नाम बोलन लग्या अद्धे कह देंगे साडा नहीं बोलिया अद्धे कह देंगे साडा नहीं बोलिया मैं तो सच बोल तो जाना ही हूँ कल नू फिर सही सारे आया करो दीवान दे विच हर जस करिया करो सुनिया करो फिर उन्होंने गाव्या सुनिया थाए पैंदा हुंदा है गुरु के चरणा च हाजरी लगती है नहीं तो साढ़े पास हुण टाइम कित्थे ने वह भी समय मैं महापुरखों के नाल आया करदा कंगनबाल सुंदौड़ राजधानी है रोशियाण है अगे होर आला दुआला बहुत बड़े भारे इकट्ठ होया करदे सी हुण इहदे विच की कारण की है ਸਾਡੇ ਜਿਤਨੇ ਵੀ ਨੌਜਵਾਨ ਪੀੜ੍ਹੀ ਉਹ ਵਿਦੇਸ਼ਾਂ ਨੂੰ ਚਲੇ ਗਏ ਬਾਹਰਲੇ ਦੇਸ਼ਾਂ ਨੂੰ ਚਲੇ ਗਏ ਅਸੀਂ ਰਹਿ ਗਏ ਉਹਦੇ ਚਲੋ ਇਹ ਵੀ ਹੁਣ ਸੋਚਦੇ ਹਾਂ ਵੀ ਇੰਨਾ ਕੁ ਵੀ ਜਿਹਦੀ ਲੰਘ ਗਈ ਬਹੁਤ ਸੋਹਣੀ ਹੈ ਅੱਛਾ ਹੁਣ ਜੋ ਤੈਨੂੰ ਪਾਉਂਦਾ ਹੈ ਜੋ ਪਾਵੇ ਤਿਉਂ ਰੱਖ ਲੈ ਹਮ ਸ਼ਰਨ ਪ੍ਰਭ ਆਏ ਵਾਹ ਵਾਹ ਤੇਰੀ ਸ਼ਰਨ 'ਚ ਆਏ ਹੈ ਇਹ ਵੀ ਨਿਭਾ ਲਈ ਤੁਸੀਂ ਆਪੇ ਹੀ ਨਿਭਾ ਲਓ ਸੱਚੇ ਪਾਤਸ਼ਾਹ ਚਰਨਾਂ ਦੇ ਆਹ ਤਾਂ ਪੜ੍ਹ ਲੈਂਦੇ ਆਪਾਂ ਫਿਰ ਅੱਜ ਸਾਜਰੇ ਸਮਾਪਤੀ ਕੱਲ੍ਹ ਲੇਟ ਵੀ ਹੋ ਸਕਦਾ ਮੈਂ ਆਪ ਹੀ ਸਾਜਰੇ ਗਿਆ ਸੀ ਜਿਹੜੀ ਕੱਲ੍ਹ ਦੀ ਗੈਰ ਹਾਜ਼ਰੀ ਸੀ ਉਹ ਮੈਂ ਸਾਜਰੇ ਆ ਕੇ ਕੱਢੀ ਆ ਵੀ ਚਲੋ ਅੱਜ ਪਹਿਲਾਂ ਹੀ ਵਗ ਚੱਲ ਲਿਆ ਅੱਧਾ ਘੰਟਾ ਮੈਂ ਪਹਿਲਾਂ ਆ ਗਿਆ ਅੱਧਾ ਘੰਟਾ ਨਿਵ ਜਾਣ ਪਿਆਰੇ ਨਾਲ ਪ੍ਰੀਤਾਂ ਲੱਗੀਆਂ ਪ੍ਰੀਤਾਂ ਲੱਗੀਆਂ ਨਿਵ ਜਾਣ ਪਿਆਰੇ ਨਾਲ ਪ੍ਰੀਤਾਂ ਲੱਗੀਆਂ ਪ੍ਰੀਤਾਂ ਲੱਗੀਆਂ ਨਿਵ ਜਾਣ ਪ੍ਰੀਤਾਂ ਲੱਗੀਆਂ ਪ੍ਰੀਤਾਂ ਲੱਗੀਆਂ ਨਿਭ ਜਾਣ ਪਿਆਰੇ ਨਾਲ ਪ੍ਰੀਤਾਂ ਲੱਗੀਆਂ ਪ੍ਰੀਤਾਂ ਲੱਗੀਆਂ ਪ੍ਰੀਤੀ ਨੂੰ ਪ੍ਰੀਤਮਾ ਕਿਤੇ ਤੋੜ ਨਾ ਜਾਵੀਂ ਮੇਰੀ ਲੱਗੀ ਪ੍ਰੀਤੀ ਨੂੰ ਪ੍ਰੀਤਮਾ ਕਿਤੇ ਤੋੜ ਨਾ ਜਾਵੀਂ
लगी प्रीती नू मेरी लगी प्रीती मेरी लगी प्रीती नू लगी प्रीती नू लगी प्रीति नो प्रीत मां किते तोड़ना मेरी लगी प्रीति नो मालका किते तोड़ना जामी देखी जान प्यारी नाल प्रीतां लगियां प्रीतां लगियां निभ जान प्यारी नाल प्रीतां लगियां प्रीतां लगियां प्यारे नाल प्रीतां लगियां प्रीतां लगियां निभ जान प्यारे नाल प्रीतां लगियां प्रीतां लगियां जिस प्यारे स्यों नेह तिस आगे मर चली है त्रिग जीवन संसार ता कह कदा जीवन है फिर उस प्यारे तो बिना जिदे दर्शन हो जान मन किथे रहिंदा है चित किथे है सुरती किथे है उस प्यारे दे चरणां दे विच मैं दशमेश पिता गुरु गोबिंद सिंह जी महाराज सच्चे पातशाह ਤੁਹਾਡਾ ਜਸ ਕੀਤਾ ਤੁਹਾਡਾ ਜਸ ਕਰਦਿਆਂ ਤੁਮੇ ਤੋਂ ਕੋਈ ਰਸਨਾ ਤੋਂ ਜਿਹਬਾ ਤੋਂ ਕੋਈ ਅੱਖਰ ਇੱਧਰ ਉੱਧਰ ਬੋਲਿਆ ਗਿਆ ਹੋਵੇ ਰਸ ਕਿਸੇ ਦੇ ਖਿਲਾਫ਼ ਬਖਸ਼ਿਓ ਮਹਾਰਾਜ ਔਰ ਸਾਧ ਸੰਗਤ ਵੀ ਬਖਸ਼ਣ ਯੋਗ ਹੈ ਸੰਗਤ ਨੂੰ ਵੀ ਦਰਜਾ ਦਿੱਤਾ ਮੈਂ ਗੁਰੂ ਸਾਹਿਬਾਂ ਨੇ ਸਾਧ ਸੰਗਤ ਨੂੰ ਔਰ ਨਾਲ ਨਾਲ ਮੈਂ ਅੱਜ ਦਾ ਸਮਾਂ ਕਿਉਂਕਿ ਅਜੇ ਮਿੰਟ ਤੋਂ 15 ਰਹਿੰਦੇ ਨੇ ਸਮਾਂ ਹੈ ਅਨੰਦ ਸਾਹਿਬ ਵੀ ਪੜ੍ਹਨਾ ਹੈ ਬੜੇ ਪਿਆਰ ਸਹਿਤ ਸਿੱਧਾਂ ਪੁਰਖਾਂ ਕੀਆਂ ਬੜਿਆਈਆਂ ਮੈਂ ਦਸ਼ਮੇਸ਼ ਪਿਤਾ ਦਾ ਵੀ ਉਹਦਾ ਭਾਈ ਮਹਾਂ ਸਿੰਘ ਨਿਭ ਜਾਣ ਪਿਆਰੇ ਨਾਲ ਮੇਰੀ ਜਿਹੜੀ ਪ੍ਰੀਤ ਹੈ ਹੁਣ ਮਹਾਰਾਜ ਇਹਨੂੰ ਨਿਭਾ ਲਿਓ ਹੁਣ ਮੇਰਾ ਆਖਰਲਾ ਸਮਾਂ ਸਵਾਸ ਰਹਿੰਦੇ ਨੇ ਹੁਣ ਮੈਂ ਤੁਹਾਡੇ ਚਰਨਾਂ ਦੇ ਵਿੱਚ ਹੀ ਰਹਾਂ ਇਹ ਮੰਗ ਮੰਗੀ ਹੈ ਰਾਜ ਨਾ ਚਾਹੋ ਮੈਂ ਰਾਜ ਨਹੀਂ ਚਾਹੁੰਦਾ ਤੁਸੀਂ ਕਹਿ ਰਹੇ ਇਹਨੂੰ ਰਾਜ ਦੇ ਦਿਆਂ ਕਹਿੰਦੇ ਨਹੀਂ ਮੁਕਤੀ ਦੇ ਦਈਏ ਕਹਿੰਦੇ ਨਹੀਂ ਅੱਜ ਸੁਣਦੇ ਜੇ ਬਸ ਮੁਕਤੀ ਹੋ ਜਾਵੇ ਮੁਕਤੀ ਹੋ ਜਾਵੇ ਨਹੀਂ ਕਹਿੰਦੇ ਮੈਨੂੰ ਇਹਦੀ ਲੋੜ ਨਹੀਂ ਮੈਨੂੰ ਤੇਰੇ ਚਰਨਾਂ ਕਮਲਾਂ ਦੀ ਪ੍ਰੀਤ ਚਾਹੀਦੀ ਹੈ ਜੀ ਮੈਂ ਰਾਜ ਮੁਕਤ ਨਹੀਂ ਚਾਹੁੰਦਾ ਧਰੂ ਨੇ ਵੀ ਇਹੀ ਮੰਗਿਆ ਸੀ ਇਸ ਵਕਤ ਪਿਤਾ ਵੀ ਚਲਿਆ ਗਿਆ ਸੀ ਉੱਧਰ ਵਿਸ਼ਨੂੰ ਭਗਵਾਨ ਵੀ ਦੱਸ ਤੈਨੂੰ ਰਾਜ ਦੇ ਦਿਆਂ ਕਹਿੰਦੇ ਨਹੀਂ ਤੂੰ ਨੇਤਰ ਤਾਂ ਖੋਲ ਕਹਿੰਦੇ ਨਹੀਂ ਰਾਜ ਦਵਾਂ ਨਹੀਂ ਮੁਕਤੀ ਦੇ ਦਈਏ ਕਹਿੰਦੇ ਨਹੀਂ ਹੋਰ ਕੀ ਚਾਹੁੰਦਾ ਬਸ ਪ੍ਰੀਤ
चरण कमलारे, मैनू तेरे चरणा की प्रीति चाहिए, होर नहीं चाहिए। बोले दस मिनट हूँ सत अठ के रह गए, अपन लाहा लै लिए। सब तो बड़ी गल है और नाल नाल की कहिंदे ने, कहिंदे घरों की सोच के आया सी, की सोचदा सी, माता ने धक्का दे दिता, पिता ने धक्का दे दिता, हुण मैं राज देना किवें मिलूगा। अपनी माँ नूं पुछदे, माता किस उदम ते राज, शत्रु ते सब होगन मीता। कहिंदे मैं राज, मैनूं राज किवें मिलूगा। कहिंदे पुछ के आए हैं, घरों निकले हैं, वो वैराग नहीं लिया तरों जिहड़ा लैना चाहिंदा सी। तेरी मंग सी मैनूं राज चाहिंदा, फिर हुण तू कहने मैनूं लोड़ नहीं कोई, नहीं चल हुण तैनूं राज देईए। उत्थे उहने भी मंगिया, बेनती कीती, मिन्त कीती, महाराज हे भगवान जी मैं राज मुक्त नहीं चाहुंदा, प्रीति तेरे चरणां दी। एक ओंकार स्वरूप है श्री गुरु ग्रंथ साहिब महाराज, सिद्धा पुरखां कियां वडियाईयां, हीरिया पुरखां दियां वडियाईयां, पुरखां कियां वडियाईयां, सिद्धा पुरखां कियां वडियाईयां, बाबा पुरखां पुरखां दियां वड़ियाईयां, सिद्धा पुरखां दियां वड़ियाईयां, वाही पुरखां अनुसार। कल का दिन संत खालसा दल श्री माणिक 111 महापुरखों का जथा समेत फिर हाजरी भरांगे, गुरु साहिब के दर्शन करांगे और साध संगत दे भी होणगे, वड्डिया भागां वाला मैं भी जिन्हों समा मिले नाम जपण का और तुहाडे विच आउण दा। हुण सारिया ने मिल के बड़ा प्यार और साथ देना, कल एवें जिवें मैं कल भी फिर साजरे आऊँगा, आप भी स्वागते आउण दा जरूर उद्यम करियो, उद्यम करेंद्यां जीओ पहुंचदिया सुख होए। धन है धन है धन है गुरु नानक साहिब, धन है जास करे भाई गज के। धन प्यारी धन है गुरु अंगद साहिब जी, धन है धन
ਹਰੀ ਧਨ ਹੈ ਧਨ ਹੈ ਗੁਰੂ ਅਮਰਦਾਸ ਸਾਹਿਬ ਧਨ ਹੈ ਪਿਆਰੀ ਧਨ ਹੈ ਧਨ ਹੈ ਗੁਰੂ ਰਾਮਦਾਸ ਸਾਹਿਬ ਧਨ ਹੈ ਧਨ ਹੈ ਧਨ ਹੈ ਧਨ ਹੈ ਗੁਰੂ ਅਰਜਨ ਦੇਵ ਸਾਹਿਬ ਧਨ ਹੈ ਪਿਆਰੀ ਧਨ ਹੈ ਗੁਰੂ ਹਰਗੋਬਿੰਦ ਸਾਹਿਬ ਧਨ ਹੈ ਧਨ ਪਿਆਰੀ ਧਨ ਹੈ ਗੁਰੂ ਸ੍ਰੀ ਹਰ ਰਾਇ ਸਾਹਿਬ ਧਨ ਹੈ ਪਿਆਰੀ ਧਨ ਹੈ ਗੁਰੂ ਸ਼੍ਰੀ ਹਰਿ ਕ੍ਰਿਸ਼ਨ ਸਾਹਿਬ ਧਨ ਹੈ ਧਨ ਪਿਆਰੀ ਧਨ ਹੈ ਗੁਰੂ ਤੇਗ ਬਹਾਦਰ ਸਾਹਿਬ ਧਨ ਹੈ ਧਨ ਹੈ ਗੁਰੂ ਗ੍ਰੰਥ ਸਾਹਿਬ ਜੀ ਧਨ ਧਨ ਹੈ ਧਨ ਹੈ ਧਨ ਹੈ ਤੀਰਾ ਪੰਥ ਖਾਲਸਾ ਧਨ ਹੈ ਸਾਧ ਸੰਗਤ ਜੀ ਧਨ ਹੈ ਸਤਨਾਮ ਸ੍ਰੀ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ 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 ਬੋਲ ਪਿਆਰਿਆ ਤੇਰਾ ਮਿੱਠੜਾ ਲੱਗੇਗਾ ਬੋਲ ਪਿਆਰਿਆ ਵਾਹਿਗੁਰੂ ਵਾਹਿਗੁਰੂ ਬੋਲ ਪਿਆਰਿਆ ਤੂੰ ਤਾਂ ਦਰਗਾਹ ਚ ਭਾਵੇਂ ਮਾਣ ਪਿਆਰਿਆ
ਸਤਨਾਮ ਸ੍ਰੀ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਬੋਲ ਕਦੇ ਨਾ ਡੋਲ ਵਾਹਿਗੁਰੂ ਬੋਲ ਕਦੇ ਨਾ ਡੋਲ ਸਤਨਾਮ ਸ੍ਰੀ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੈ ਬੋਲੋ ठाकुर तुम पै अरदास ਸੁਨਾਗਰੀ ਤੁਮਰੇ ਸੂਤਰ ਤੁਮ ਤੇ ਹਾਇ ਸੋ ਤੁਮਰੀ ਗਾਤ ਮੇਤ ਸਦਾ ਤੁਦ ਆਗੇ ਅਰਦਾਸ ਮਾ ਜੀਓ ਕਹੋ ਨਾਨਕ ਸਾਹਿਬ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਈ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹ ਦਸਵੀਂ ਪ੍ਰਥਮ ਭਗਵਤੀ ਸਿਮਰਕਾ ਗੁਰੂ ਨਾਨਕ ਲੀਨ ਧਿਆਈ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਸਿੰਘ ਸਹਾਈ ਅਰਜਨ ਹਰਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਡਿੱਠਾ ਸਭ ਦੁੱਖ ਜਾਏ ਤੀ ਗੁਰੂ ਬਹਾਦਰ ਸਿਮਰਿਆ ਕਰਨੋ ਨਿੱਧਾ ਵੈ ਤਾਏ ਸਭ ਥਾਈਂ ਹੋਏ ਸਹਾਇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਭ ਥਾਈਂ ਹੋਏ ਸਹਾਇ ਦਸਾਂ ਪਾਤਸ਼ਾਹ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਦਰ ਦਾ ਧਿਆਨ ਕਰਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਤੀ ਗਵਾਹੀ ਦੇਖ ਕੇ ਡਿੱਠ ਕੀਤਾ ਤਿੰਨਾਂ ਪਿਆਰਿਆਂ ਸੱਚਿਆਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ ਜਿੰਨਾ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸ਼ੀਸ਼ ਦਿੱਤੇ ਬੰਦ ਬੰਦ ਕਟਾਏ ਖੋਪੜੀਆਂ ਨੁਹਾਈਆਂ ਚਰਖੜੀਆਂ ਤੇ ਚੜੇ ਜਾਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਹੀ ਤਿੰਨਾਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਕਰਕੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚਿੱਤਾ ਵਿੱਚ ਤਵਨ ਕਰ ਸਦਕਾ ਸਰਬ ਸੁੱਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾਂ ਤਾਂ ਰੱਛਿਆ ਰਿਆ ਦੇਖ ਦੇਖ ਫਤਿਹ ਬਿਰਧ ਕੀ ਪੈ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸੇ ਜੀ ਕੀ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਪ੍ਰਸਾਦ ਦਾਨ ਭਰੋਸਾ ਦਾਨ ਦਾਨਾ ਸਿਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੰਗੇ ਜੁਗੋ ਜੁਗਾ ਟਲ ਧਰਮ ਕਾ ਜੈ ਕਰ ਬੋਲੋ ਜੀ ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਪਾਤਾ ਰੱਖ ਆਪ ਵਾਹਿਗੁਰੂ ਹੀ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਨ ਨਿਓਟਿਆਂ ਦੀ ਓਟ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰੂ ਜੀ ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਹੈ ਮਹਾਰਾਜ ਜੀਓ ਕਬੀਰ ਇੱਕ ਕੜੀ ਯਾਦੀ ਕਰੀ ਯਾਦੀ ਹੋਂ ਤੇ ਯਾਦ ਭਗਤਨ ਸੇਤੀ ਗੋਸ਼ਟੇ ਜੋ ਕਿੰਨੇ ਸੋ ਲਾਭ ਮਹਾਂਬਾਕ ਅਨੁਸਾਰ ਸਤਿਗੁਰੂ ਜੀ ਆਪ ਜੀ ਦੀ ਅਪਾਰ ਕਿਰਪਾ ਹੋਈ ਹੈ ਪਵਿੱਤਰ ਅਸਥਾਨ ਸਿੱਧ ਬਾਬਾ ਪੰਧੇਰ ਜੀ ਮਹਾਂਪੁਰਖਾਂ ਦੇ ਸਿੱਧਾਂ ਦੇ ਪਵਿੱਤਰ ਅਸਥਾਨ 'ਤੇ ਨਗਰ ਰੌਸ਼ੀਆਂ
इलाका निवासी संगतां नूं सलाना जोड़ मेले ते बाबा जी दी याद विच महापुरखां वल्लों रोड़ेवाल साहिब पवित्र अस्थान तो महापुरखां ने तिन दीवाना दी बख्शिश की है, जिस दे विच अज दूसरे दिन दे तीसरे पहर दे दीवान सजाए हन। संत खालसा प्रकाश कीर्तन दरबार सजे हन। महापुरखां ने रोड़ेवाल साहिब तो पहुँच के तुरकी बाणी दरगाही बाणी दे कीर्तन अमृतमई कीर्तन सुना के गुरमत विचार सुना के साढ़े मना नूं गुरु चरणां दे नाल जोड़िया है। सच्चे पातशाह कृपा करनी, महापुरखां नूं दीर्घ आजू बख्शिश करनी। इस तरह महापुरख कथा कीर्तन करके साढ़े मना नूं आप जी दे चरणां दे नाल जोड़दे रहन। सच्चे पातशाह जी कृपा करनी। सतगुरु जी सिर ते मेहर भरिया हथ रखना, कृपा करनी। बाणी पढ़ी सुनी आप जी दी दर ते प्रवान करनी महाराज। बाणी पढ़ी सुनदा भाव समूह संगत दे हिरदे ते वासा करवाउणा, अपने दरों करो नामदान गुरसिखी की दात बख्शिश करनी, कृपा करनी। आप जी निहाल तइयां दे हुक्मनामे साहिब बख्श के संगतां निहाल करो। सही प्यारा मेलो जिन्ना मिलिया तेरा नाम चिता वे, नानक नाम चढ़दी कला तेरे भाणे सरबत दा भला। खालसा बोले सुनिहाल, वाहेगुरु जी का खालसा वाहेगुरु जी की फतेह। सतनाम श्री वाहगुरु साहेब जी, कबीर सेवा को दोए भले, एक संत एक राम, राम जो दाता मुक्त को, संत जपावे नाम, दंडौत बंधन अनकबान, सर्ब कला समरथ, डोलन ते राखो प्रभु, नानक दे कर हाथ, सतनाम श्री वाहिगुरु साहिब जी, सोरठ महला पंजवा, गुरपुरै कृपा तारी, प्राव पूरी लोच हमारी, कार इशनान ग्रह आए, आनंद मंगल सुख पाए, गुरपुरै कृपा तारी, प्राव पूरी लोच हमारी, कर स्नान ग्रह आए, आनंद मंगल सुख पाए,
संत हो राम नाम निसतरिय उठत बैठत हर हर त्याय अन देन सुकृत करिय रहा संत का मार्ग धर्म के पौड़े को बड़ भागी पाए कोट जन्म के किल विखनासे हर चरणी चित लाए उस तत करहो सदा प्राव अपने जिन पूरी काल राखी जी जंत सब भये पवित्रा सत गुर की सच साखी विघन विनाशन सब दुख नासन सत गुर नाम दृढ़ाया खोए पाप भये सब पावन जन नानक सुख घर आया विघन विनाशन सब दुख नासन सत गुर नाम दृढ़ाया खोए पाप भये सब पावन जन नानक सुख घर आया वाहिगुरु जी का खालसा वाहिगुरु जी की फतेह। बहुत ही बड़े भाग संगत दे जिन्होंने के बाबा सिद्ध पंधेर जिया दे जो कि 32 पिंडा नाल संबंध रखते ने धन धन श्री गुरु ग्रंथ साहिब महाराज जिया दे 1 बजे तो लैके 4 बजे तक दर्शन किते अज दूजे दीवान तीजे पहर दे संत खालसा दल कीर्तन दरबार सजाया गया जिस विच संतां गुणी ज्ञानियां ने कीर्तन पेश कीता अते रोड़ेवाल साहिब तों मौजूदा गद्दी नशीन संत गुरचरण दास जीआं ने भी अपनी हाजरी भरी है उन्हां दा भी बहुत बहुत धन्नवाद बहुत बहुत धन्नवाद नगर दा इस स्थान दी कमेटी दा जिन्हां ने के धन धन श्री गुरु ग्रंथ साहिब महाराज जी दे दर्शन करन दा संगतां नूं मौका दित्ता है अते हुण भाई प्रसाद वंडिया जाऊगा सारी ही संगत ने इसे तरह बैठे रहना है किसी ने जाण दी खेचड़ा नहीं करनी प्रसाद तो बाद धन धन श्री गुरु ग्रंथ साहिब महाराज जी अपने निज आसणा ते जाणगे उस तो बाद जाण दी खेचड़ा करनी अते जो भी भाई